ਵਾਹਿਗੁਰੂ ਜੀ ਮਾਝੇ ਵਾਲੇ ਸਿੰਘਾਂ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਇੰਨਾ ਮਾਣ ਸੀ ਕਿ ਜਦੋਂ ਵੀ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਤੇ ਹਮਲਾ ਕਰਨ ਦੀਆਂ ਗੱਲਾਂ ਕਰਦੇ ਸਨ ਤਾਂ ਗੁਰੂ ਗੋਬੀ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇੱਕ ਗੱਲ ਪੱਕੀ ਕਰਦੇ ਸਨ ਕਿ ਉਹਨਾਂ ਚਿਰ ਤੱਕ ਸਰਹੰਦ ਤੇ ਹਮਲਾਣਾ ਕਰਨਾ ਜਿੰਨਾ ਚਿਰ ਤੱਕ ਮਾਝੇ ਵਾਲੇ ਸਿੰਘਾਂ ਦੇ ਜਥੇ ਤੁਹਾਡੇ ਜਥਿਆਂ ਵਿੱਚ ਆ ਕੇ ਰਲਣਾ ਜਾਣ ਸੋ ਵਾਹਿਗੁਰੂ ਜੀ ਇੰਨਾ ਮਾਣ ਸੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਝੇ ਵਾਲੇ ਸਿੰਘਾਂ ਦੇ ਸੋ ਵਾਹਿਗੁਰੂ ਜੀ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਮੰਨਦੇ ਹੋਏ 1710 ਈਸਵੀ ਨੂੰ ਸਰਹੰਦ ਤੇ ਹਮਲਾ ਕਰਦੇ ਹਨ ਤੇ ਸਰਹੰਦ ਫਤਿਹ ਕਰਦੇ ਹਨ ਵਾਹਿਗੁਰੂ ਜੀ ਅੱਜ ਹਰ ਸਿੱਖ ਕਿਸੇ ਨਾ ਕਿਸੇ ਨਾਲ ਮਾਰ ਕਟਾਈ ਕਰਕੇ ਆਪਣੇ ਆਪ ਨੂੰ ਸੂਰਮਾ ਅਖਾਉਣ ਦੀ ਦੌੜ ਵਿੱਚ ਹੈ ਵਾਹਿਗੁਰੂ ਜੀ ਸਿੱਖਾਂ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰ ਸਿੱਖ ਆਪਣਾ ਪਿਤਾ ਮੰਨਦਾ ਹੈ ਅਤੇ ਪਿਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੂਰਮਾ ਕਿਸ ਨੂੰ ਕਿਹਾ ਗਿਆ ਹੈ ਵਾਹਿਗੁਰੂ ਜੀ ਫਰਮਾਉਂਦੇ ਹਨ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੇ ਸੋ ਕਹੀਤ ਹੈ ਸੂਰਾ ਕਿ ਜਿਸ ਨੂੰ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਦਾ ਰੰਗ ਲੱਗਾ ਇਸ ਜਗ ਦੇ ਵਿੱਚ ਉਹੀ ਸੂਰਮਾ ਹੈ ਹੁਣ ਇਸੇ ਤਰ੍ਹਾਂ ਹੀ ਅੱਜ ਸਾਰਾ ਜਹਾਨ ਜਿਹੜਾ ਵਾ ਉਹ ਬਹਿਸਨ ਤੇ ਲੱਗਾ ਹੋਇਆ ਹੈ ਤੇ ਗੁਰਬਾਣੀ ਸਿੱਖਾਂ ਨੂੰ ਸਮਝਾਉਂਦੀ ਹੈ ਤਾਂ-ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਹਨ ਕਿ ਪੜ ਅੱਖਰ ਇਹੋ ਬੋਜੀਏ ਮੂਰਖੇ ਨਾਲ ਨਾਲੋ ਜੀਏ ਕਿ ਜਿਹੜਾ ਅੱਗੋਂ ਬੇਵਜਾ ਹੀ ਜਿੱਦਦਾ ਹੈ ਬਹਿਸਦਾ ਹੈ ਉਸ ਨੂੰ ਗੁਰਬਾਣੀ ਅਨੁਸਾਰ ਗੁਰੂ ਜੀ ਨੇ ਮੂਰਖ ਕਿਹਾ ਹੈ ਸੋ ਸਿੱਖ ਧਰਮ ਦੇ ਵਿੱਚ ਬੈਸਣਾ ਵੀ ਨਹੀਂ ਹੈ ਵਾਹਿਗੁਰੂ ਇੱਕ ਸੱਚੇ ਸਿੱਖ ਨੂੰ ਸੰਤਿ ਸਵਾਹੀ ਬੰਨਾ ਆਇਆ ਹੈ ਅੰਮ੍ਰਿਤ ਛਕ ਕੇ ਉਹ ਪਹਿਲਾਂ ਗੁਰਬਾਣੀ ਪੜ੍ਹੇਗਾ ਸੁਨੇਗਾ ਵਿਚਾਰੇਗਾ ਅਤੇ ਬਾਅਦ ਵਿੱਚ ਧਰਨ ਕੀਤੀ ਹੋਈ ਕਿਰਪਾਨ ਕਿੱਥੇ ਵਰਤਣੀ ਹੈ ਇਹ ਗੁਰਬਾਣੀ ਦੱਸੇਗੀ ਅਤੇ ਉਹ ਸਿਪਾਹੀ ਬਣੇਗਾ ਸੋ ਅੱਜ ਅਸੀਂ ਗੁਰੂ ਤੋਂ ਬੇਮੁਖ ਹੋਏ ਪਏ ਆ ਸੋ ਆਓ ਵਾਹਿਗੁਰੂ ਜੀ ਆਪਣੇ ਗੁਰੂ ਦਾ ਭੱਲਾ ਫੜੀਏ ਅੰਮ੍ਰਿਤ ਛਕੀਏ ਵਾਹਿਗੁਰੂ ਦਾ ਨਾਮ ਗੁਰਬਾਣੀ ਪੜਿਓ ਸੁਣੀਏ ਅਤੇ ਵਿਚਾਰੀਏ ਅਤੇ ਗੁਰੂ ਦੀ ਮਰਿਆਦਾ ਦੇ ਚਲਣ ਦੀ ਕੋਸ਼ਿਸ਼ ਕਰੀਏ